ਅੱਜ ਦੀ ਪ੍ਰੈਸ ਕਾਨਫਰੰਸ ਯਾਰ, ਇੱਕ ਸਾਡੇ ਡੀ ਡਵੇਨ SHO ਸਾਹਿਬ ਅਤੇ ਸਾਡੇ ਸਬ ਇੰਸਪੈਕਟਰ ਜਗਵੀਰ ਸਿੰਘ ਹੋਰਾਂ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਇਹਨਾਂ ਨੇ ਇੱਕ ਮੁਕੱਦਮਾ ਚੋਰੀ ਦਾ ਸੀ, ਉਹਨੂੰ ਟਰੇਸ ਕੀਤਾ ਆ। ਸਾਡਾ 5 ਨੰਬਰ ਮੁਕੱਦਮਾ ਦੂਸਰੇ ਮਹੀਨੇ ਦਾ ਦਰਜ ਸੀ। ਇੱਕ ਮੰਦਿਰ ਦੇ ਵਿੱਚ ਇੱਕ ਦਾਨਿਸ਼ ਮੱਟੂ ਨਾਂ ਦੇ ਬੰਦੇ ਨੇ ਚੋਰੀ ਕੀਤੀ ਸੀ। ਉਦੋਂ ਇਹ ਅਨਟਰੇਸ ਕੇਸ ਸੀ, ਪਰ ਇਹਨਾਂ ਨੇ ਮਿਹਨਤ ਕਰਕੇ ਇਹਨੂੰ ਟਰੇਸ ਕੀਤਾ ਔਰ ਦਾਨਿਸ਼ ਮੱਟੂ ਨੂੰ ਅਰੈਸਟ ਕੀਤਾ ਆ। ਇਹਦੇ ਕੋਲੋਂ ਜਿਹੜੀ ਉੱਥੇ ਮੰਦਿਰ ਦੇ ਵਿੱਚ ਉਹਨੇ ਜੋ ਚਾਂਦੀ ਦਾ ਸਮਾਨ ਚੋਰੀ ਕੀਤਾ ਸੀ ਉਹ ਬਰਾਮਦ ਕੀਤਾ ਆ। ਉਸ ਤੋਂ ਇਲਾਵਾ ਇੱਕ ਕੰਟੋਨਮੈਂਟ ਥਾਣੇ ਦੇ ਵਿੱਚ ਇੱਕ ਐਕਟਿਵਾ ਚੋਰੀ ਹੋਈ ਸੀ, ਇਹਨੇ ਕੀਤੀ ਸੀ ਔਰ ਉਹ ਐਕਟਿਵਾ ਚੋਰੀ ਦਾ ਮੁਕੱਦਮਾ ਦਰਜ ਸੀ, ਉਹ ਵੀ ਇਹਨਾਂ ਨੇ ਟਰੇਸ ਕੀਤਾ, ਉਹ ਐਕਟਿਵਾ ਰਿਕਵਰ ਕੀਤੀ ਆ। ਇੱਕ ਇਹਨੇ ਹੁਸ਼ਿਆਰਪੁਰ ਤੋਂ ਜੈਨ ਕਾਰ ਚੋਰੀ ਕੀਤੀ ਸੀ, ਉਹ ਜੈਨ ਕਾਰ ਵੀ ਇਹਦੇ ਕੋਲ ਰਿਕਵਰ ਕੀਤੀ ਆ। ਔਰ 2 ਮੋਬਾਈਲ ਇਹਨੇ ਦਰਗਿਆਨਾ ਮੰਦਿਰ ਸਰਾਂ ਦੇ ਵਿੱਚੋਂ ਚੋਰੀ ਕੀਤੇ ਸੀ, ਚਾਰਜ 'ਤੇ ਲੱਗੇ ਹੋਏ ਸੀ, ਉਹ ਵੀ ਇਹਦੇ ਕੋਲ ਬਰਾਮਦ ਕੀਤੇ ਆ। ਇਹਦੀ ਏਜ ਕਰੀਬ 21 ਸਾਲ ਆ ਜੀ, ਔਰ ਇੱਥੇ ਖਾਈ ਮਹੱਲੇ ਦਾ ਰਹਿਣ ਵਾਲਾ ਆ। ਬਟ ਪਰ ਪਹਿਲਾਂ ਪਰਚਾ ਬਾਈ ਨੇਮ ਦੇ ਉੱਤੇ ਕੋਈ ਦਰਜ ਨਹੀਂ ਸੀ, ਪਰ ਜਿਹੜਾ ਕੰਟੋਨਮੈਂਟ ਥਾਣੇ ਦਾ ਮੁਕੱਦਮਾ 105 ਨੰਬਰ ਆ ਉਹ ਦਰਜ ਆ, ਔਰ ਇੱਕ ਸਾਡੇ ਜਿਹੜਾ ਪਹਿਲਾਂ ਦਰਜ ਹੋਇਆ ਪਰਚਾ 2 ਮੁਕੱਦਮੇ ਦੇ ਖਿਲਾਫ ਦਰਜ। ਹਾਂਜੀ ਹਾਂਜੀ, ਇਹ ਇਕੱਲਾ ਹੀ ਕਰਦਾ ਜੀ, ਇੱਦਾਂ ਹੀ ਜਿੱਦਾਂ ਜਦੋਂ ਮੰਦਿਰ ਖੁੱਲ੍ਹਾ ਸੀ ਦਿਨੇ ਇਹ ਅੰਦਰ ਗਿਆ, ਉੱਥੋਂ ਸਮਾਨ ਚੁੱਕ ਕੇ ਚੋਰੀ ਕਰਕੇ ਭੱਜ ਗਿਆ ਸੀ। ਅੱਜ ਦੀ ਪ੍ਰੈਸ ਕਾਨਫਰੰਸ ਯਾਰ, ਇੱਕ ਸਾਡੇ ਡੀ ਡਵੇਨ SHO ਸਾਹਿਬ ਅਤੇ ਸਾਡੇ ਸਬ ਇੰਸਪੈਕਟਰ ਜਗਵੀਰ ਸਿੰਘ ਹੋਰਾਂ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਇਹਨਾਂ ਨੇ ਇੱਕ ਮੁਕੱਦਮਾ ਚੋਰੀ ਦਾ ਸੀ, ਉਹਨੂੰ ਟਰੇਸ ਕੀਤਾ ਆ। ਸਾਡਾ 5 ਨੰਬਰ ਮੁਕੱਦਮਾ ਦੂਸਰੇ ਮਹੀਨੇ ਦਾ ਦਰਜ ਸੀ। ਇੱਕ ਮੰਦਿਰ ਦੇ ਵਿੱਚ ਇੱਕ ਦਾਨਿਸ਼ ਮੱਟੂ ਨਾਂ ਦੇ ਬੰਦੇ ਨੇ ਚੋਰੀ ਕੀਤੀ ਸੀ। ਉਦੋਂ ਇਹ ਅਨਟਰੇਸ ਕੇਸ ਸੀ, ਪਰ ਇਹਨਾਂ ਨੇ ਮਿਹਨਤ ਕਰਕੇ ਇਹਨੂੰ ਟਰੇਸ ਕੀਤਾ ਔਰ ਦਾਨਿਸ਼ ਮੱਟੂ ਨੂੰ ਅਰੈਸਟ ਕੀਤਾ ਆ। ਇਹਦੇ ਕੋਲੋਂ ਜਿਹੜੀ ਉੱਥੇ ਮੰਦਿਰ ਦੇ ਵਿੱਚ ਉਹਨੇ ਜੋ ਚਾਂਦੀ ਦਾ ਸਮਾਨ ਚੋਰੀ ਕੀਤਾ ਸੀ ਉਹ ਬਰਾਮਦ ਕੀਤਾ ਆ। ਉਸ ਤੋਂ ਇਲਾਵਾ ਇੱਕ ਕੰਟੋਨਮੈਂਟ ਥਾਣੇ ਦੇ ਵਿੱਚ ਇੱਕ ਐਕਟਿਵਾ ਚੋਰੀ ਹੋਈ ਸੀ, ਇਹਨੇ ਕੀਤੀ ਸੀ ਔਰ ਉਹ ਐਕਟਿਵਾ ਚੋਰੀ ਦਾ ਮੁਕੱਦਮਾ ਦਰਜ ਸੀ, ਉਹ ਵੀ ਇਹਨਾਂ ਨੇ ਟਰੇਸ ਕੀਤਾ, ਉਹ ਐਕਟਿਵਾ ਰਿਕਵਰ ਕੀਤੀ ਆ। ਇੱਕ ਇਹਨੇ ਹੁਸ਼ਿਆਰਪੁਰ ਤੋਂ ਜੈਨ ਕਾਰ ਚੋਰੀ ਕੀਤੀ ਸੀ, ਉਹ ਜੈਨ ਕਾਰ ਵੀ ਇਹਦੇ ਕੋਲ ਰਿਕਵਰ ਕੀਤੀ ਔਰ 2 ਮੋਬਾਈਲ ਇਹਨੇ ਦਰਗਿਆਨਾ ਮੰਦਿਰ ਸਰਾਂ ਦੇ ਵਿੱਚੋਂ ਚੋਰੀ ਕੀਤੇ ਸੀ, ਚਾਰਜ 'ਤੇ ਲੱਗੇ ਹੋਏ ਸੀ, ਉਹ ਵੀ ਇਹਦੇ ਕੋਲ ਬਰਾਮਦ ਕੀਤੇ ਆ। ਇਹਦੀ ਏਜ ਕਰੀਬ 21 ਸਾਲ ਆ ਜੀ, ਔਰ ਇੱਥੇ ਖਾਈ ਮਹੱਲੇ ਦਾ ਰਹਿਣ ਵਾਲਾ ਆ। ਬਟ ਪਰ ਪਹਿਲਾਂ ਪਰਚਾ ਬਾਈ ਨੇਮ ਦੇ ਉੱਤੇ ਕੋਈ ਦਰਜ ਨਹੀਂ ਸੀ, ਪਰ ਜਿਹੜਾ ਕੰਟੋਨਮੈਂਟ ਥਾਣੇ ਦਾ ਮੁਕੱਦਮਾ 105 ਨੰਬਰ ਆ ਉਹ ਦਰਜ ਆ, ਔਰ ਇੱਕ ਸਾਡੇ ਜਿਹੜਾ ਪਹਿਲਾਂ ਦਰਜ ਹੋਇਆ ਪਰਚਾ 2 ਮੁਕੱਦਮੇ ਦੇ ਖਿਲਾਫ ਦਰਜ। ਹਾਂਜੀ ਹਾਂਜੀ, ਇਹ ਇਕੱਲਾ ਹੀ ਕਰਦਾ ਜੀ, ਇੱਦਾਂ ਹੀ ਜਿੱਦਾਂ ਜਦੋਂ ਮੰਦਿਰ ਖੁੱਲ੍ਹਾ ਸੀ ਦਿਨੇ ਇਹ ਅੰਦਰ ਗਿਆ, ਉੱਥੋਂ ਸਮਾਨ ਚੁੱਕ ਕੇ ਚੋਰੀ ਕਰਕੇ ਭੱਜ ਗਿਆ ਸੀ। ਅੱਜ ਦੀ ਪ੍ਰੈਸ ਕਾਨਫਰੰਸ ਯਾਰ, ਇੱਕ ਸਾਡੇ ਡੀ ਡਵੇਨ SHO ਸਾਹਿਬ ਅਤੇ ਸਾਡੇ ਸਬ ਇੰਸਪੈਕਟਰ ਜਗਵੀਰ ਸਿੰਘ ਹੋਰਾਂ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਇਹਨਾਂ ਨੇ ਇੱਕ ਮੁਕੱਦਮਾ ਚੋਰੀ ਦਾ ਸੀ, ਉਹਨੂੰ ਟਰੇਸ ਕੀਤਾ ਆ। ਸਾਡਾ 5 ਨੰਬਰ ਮੁਕੱਦਮਾ ਦੂਸਰੇ ਮਹੀਨੇ ਦਾ ਦਰਜ ਸੀ। ਇੱਕ ਮੰਦਿਰ ਦੇ ਵਿੱਚ ਇੱਕ ਦਾਨਿਸ਼ ਮੱਟੂ ਨਾਂ ਦੇ ਬੰਦੇ ਨੇ ਚੋਰੀ ਕੀਤੀ ਸੀ। ਉਦੋਂ ਇਹ ਅਨਟਰੇਸ ਕੇਸ ਸੀ, ਪਰ ਇਹਨਾਂ ਨੇ ਮਿਹਨਤ ਕਰਕੇ ਇਹਨੂੰ ਟਰੇਸ ਕੀਤਾ ਔਰ ਦਾਨਿਸ਼ ਮੱਟੂ ਨੂੰ ਅਰੈਸਟ ਕੀਤਾ ਆ। ਇਹਦੇ ਕੋਲੋਂ ਜਿਹੜੀ ਉੱਥੇ ਮੰਦਿਰ ਦੇ ਵਿੱਚ ਉਹਨੇ ਜੋ ਚਾਂਦੀ ਦਾ ਸਮਾਨ ਚੋਰੀ ਕੀਤਾ ਸੀ ਉਹ ਬਰਾਮਦ ਕੀਤਾ ਆ। ਉਸ ਤੋਂ ਇਲਾਵਾ ਇੱਕ ਕੰਟੋਨਮੈਂਟ ਥਾਣੇ ਦੇ ਵਿੱਚ ਇੱਕ ਐਕਟਿਵਾ ਚੋਰੀ ਹੋਈ ਸੀ, ਇਹਨੇ ਕੀਤੀ ਸੀ ਔਰ ਉਹ ਐਕਟਿਵਾ ਚੋਰੀ ਦਾ ਮੁਕੱਦਮਾ ਦਰਜ ਸੀ, ਉਹ ਵੀ ਇਹਨਾਂ ਨੇ ਟਰੇਸ ਕੀਤਾ, ਉਹ ਐਕਟਿਵਾ ਰਿਕਵਰ ਕੀਤੀ ਆ। ਇੱਕ ਇਹਨੇ ਹੁਸ਼ਿਆਰਪੁਰ ਤੋਂ ਜੈਨ ਕਾਰ ਚੋਰੀ ਕੀਤੀ ਸੀ, ਉਹ ਜੈਨ ਕਾਰ ਵੀ ਇਹਦੇ ਕੋਲ ਰਿਕਵਰ ਕੀਤੀ ਔਰ 2 ਮੋਬਾਈਲ ਇਹਨੇ ਦਰਗਿਆਨਾ ਮੰਦਿਰ ਸਰਾਂ ਦੇ ਵਿੱਚੋਂ ਚੋਰੀ ਕੀਤੇ ਸੀ, ਚਾਰਜ 'ਤੇ ਲੱਗੇ ਹੋਏ ਸੀ, ਉਹ ਵੀ ਇਹਦੇ ਕੋਲ ਬਰਾਮਦ ਕੀਤੇ ਆ। ਇਹਦੀ ਏਜ ਕਰੀਬ 21 ਸਾਲ ਆ ਜੀ, ਔਰ ਇੱਥੇ ਖਾਈ ਮਹੱਲੇ ਦਾ ਰਹਿਣ ਵਾਲਾ ਆ। ਬਟ ਪਰ ਪਹਿਲਾਂ ਪਰਚਾ ਬਾਈ ਨੇਮ ਦੇ ਉੱਤੇ ਕੋਈ ਦਰਜ ਨਹੀਂ ਸੀ, ਪਰ ਜਿਹੜਾ ਕੰਟੋਨਮੈਂਟ ਥਾਣੇ ਦਾ ਮੁਕੱਦਮਾ 105 ਨੰਬਰ ਆ ਉਹ ਦਰਜ ਆ, ਔਰ ਇੱਕ ਸਾਡੇ ਜਿਹੜਾ ਪਹਿਲਾਂ ਦਰਜ ਹੋਇਆ ਪਰਚਾ 2 ਮੁਕੱਦਮੇ ਦੇ ਖਿਲਾਫ ਦਰਜ। ਹਾਂਜੀ ਹਾਂਜੀ, ਇਹ ਇਕੱਲਾ ਹੀ ਕਰਦਾ ਜੀ, ਇੱਦਾਂ ਹੀ ਜਿੱਦਾਂ ਜਦੋਂ ਮੰਦਿਰ ਖੁੱਲ੍ਹਾ ਸੀ ਦਿਨੇ ਇਹ ਅੰਦਰ ਗਿਆ, ਉੱਥੋਂ ਸਮਾਨ ਚੁੱਕ ਕੇ ਚੋਰੀ ਕਰਕੇ ਭੱਜ ਗਿਆ ਸੀ।